ਤੇ ਰੁਕ ਕਰ ਲੈਂਦੇ ਅਗਲੀ ਖਬਰ ਦੇ ਵੱਲ ਜੋ ਕਿ ਸੰਗਰੂਰ ਤੋਂ ਹੈ। ਸੰਗਰੂਰ ਨਗਰ ਕੌਂਸਲ ਦੇ 8 ਕਰੋੜ ਰੁਪਏ ਦੇ ਲੋਨ ਦੇ ਵਿੱਚ ਵਿਜੀਲੈਂਸ ਨੇ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਇਸ ਰਿਪੋਰਟ ਦੇ ਮੁਤਾਬਕ ਕੁਝ ਅਧਿਕਾਰੀਆਂ ਦੀ ਠੇਕੇਦਾਰ ਦੇ ਨਾਲ ਮਿਲੀ ਭੁਗਤ ਦਾ ਪਰਦਾਫਾਸ਼ ਹੋਇਆ। ਵੇਖਦੇ ਹਾਂ ਇਸ ਰਿਪੋਰਟ ਦੇ ਵਿੱਚ ਕੀ ਹੈ ਪੂਰਾ ਮਾਮਲਾ। ਜ਼ਿਲ੍ਹਾ ਸੰਗਰੂਰ ਦੀ ਨਗਰ ਕੌਂਸਲ ਨੇ ਸਾਲ 2014 ਵਿੱਚ ਸ਼ਹਿਰ ਦੇ ਵਿਕਾਸ ਕਾਰਜਾਂ ਲਈ 8 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ, ਪਰ ਇੰਨਾ ਪੈਸਾ ਖਰਚ ਹੋਣ ਦੇ ਬਾਵਜੂਦ ਵੀ ਸ਼ਹਿਰ ਵਿੱਚ ਵਿਕਾਸ ਕਾਰਜ ਨਾ ਦੇ ਬਰਾਬਰ ਹੈ। ਕੁਝ ਮਹੀਨੇ ਪਹਿਲਾਂ ਸਥਾਨਕ ਭਾਜਪਾ ਨੇਤਾ ਨੇ ਨਾ ਸਿਰਫ ਇਸ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ ਸੀ, ਬਲਕਿ ਨੇਤਾਵਾਂ ਅਤੇ ਅਧਿਕਾਰੀਆਂ ਉੱਤੇ ਪੈਸਿਆਂ ਦੀ ਧਾਂਦਲੀ ਦੇ ਦੋਸ਼ ਲਗਾਏ ਸਨ, ਜਿਸ ਤੋਂ ਬਾਅਦ ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਵਿਜੀਲੈਂਸ ਜਾਂਚ ਸ਼ੁਰੂ ਕਰਵਾਈ ਗਈ। ਹੁਣ ਆਈ ਵਿਜੀਲੈਂਸ ਰਿਪੋਰਟ ਦੇ ਵਿੱਚ ਨਗਰ ਕੌਂਸਲ ਦੇ ਤਤਕਾਲੀ ਈਓ, ਐਮਈ, ਅਕਾਊਂਟੈਂਟ ਅਤੇ ਜੇਈ ਨੂੰ ਚਾਰਜਸ਼ੀਟ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ, ਜਦਕਿ ਠੇਕੇਦਾਰ ਤੋਂ 8 ਲੱਖ ਰੁਪਏ ਰਿਕਵਰੀ ਕਰਨ ਦੇ ਵੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ। ਉਸ ਇਨਕੁਆਇਰੀ ਵਿੱਚ ਅਲੱਗ ਅਲੱਗ ਜਗ੍ਹਾ ਤੋਂ ਸੈਂਪਲ ਲੈ ਕੇ ਪੂਰੀ ਬਰੀਕੀ ਨਾਲ ਇਨਕੁਆਇਰੀ ਕਰਨ ਤੋਂ ਬਾਅਦ ਸਾਨੂੰ 15 ਫਰਵਰੀ 2016 ਨੂੰ ਰਿਪੋਰਟ ਪ੍ਰਾਪਤ ਹੋਈ। ਉਸ ਰਿਪੋਰਟ 'ਚ ਲਿਖਿਆ ਗਿਆ ਕਿ ਜੋ ਇਨਕੁਆਇਰੀ ਕੀਤੀ ਗਈ ਸੀ ਉਸ ਜਗ੍ਹਾ ਜੋ ਵੀ ਉਸਾਰੀਆਂ ਹੋਈਆਂ ਉਹਨਾਂ 'ਚ ਕਿਤੇ ਨਾ ਕਿਤੇ ਠੇਕੇਦਾਰ ਦੀ ਕਮੀ ਕਾਰਨ ਰਿਕਵਰੀਆਂ ਪਾਈਆਂ ਗਈਆਂ। ਨਗਰ ਕੌਂਸਲ ਸੰਗਰੂਰ ਵੱਲੋਂ ਉਹਨਾਂ ਠੇਕੇਦਾਰਾਂ ਦੇ ਪ੍ਰਤੀ ਜੋ ਵੀ ਰਿਕਵਰੀ ਬਣਦੀ ਸੀ ਉਹਦਾ ਹਿਸਾਬ ਕਿਤਾਬ ਬਣਾਇਆ ਗਿਆ, ਤੋ ਅਸੀਂ ਉਸ ਰਿਕਵਰੀ ਨੂੰ ਬਹੁਤ ਛੇਤੀ ਠੇਕੇਦਾਰ ਤੋਂ ਵਸੂਲ ਲਵਾਂਗੇ। ਕਿੰਨੇ ਜਿਨ੍ਹਾਂ ਨੂੰ ਚਾਰਜਸ਼ੀਟ ਕੀਤਾ ਗਿਆ ਇਹਦੇ ਵਿੱਚ, ਯਾਨੀ ਕਿ ਕਿਹੜੇ ਕਿਹੜੇ ਅਫਸਰ ਦੀ ਜਵਾਬਦੇਹੀ? ਦੇਖੋ, ਜਿੱਥੇ ਤੱਕ ਚਾਰਜਸ਼ੀਟ ਦਾ ਸਵਾਲ ਹੈ, ਇਹ ਪ੍ਰਿਮਿਸਲਾਈਜ਼ ਕੈਡਰ ਦੇ ਮੁਲਾਜ਼ਮ ਹੈ ਅਤੇ ਇਹਨਾਂ ਦੀ ਚਾਰਜਸ਼ੀਟ ਸਰਕਾਰ ਵੱਲੋਂ ਜਾਰੀ ਹੋਣੀ ਹੈ, ਪਰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਉਸ ਸਮੇਂ ਦੇ ਕਾਰਜ ਸਾਧਕ ਅਫਸਰ, ਅਕਾਊਂਟੈਂਟ, ਜੇਈ ਔਰ ਏਐਮਈ ਨੂੰ ਜਿਹੜਾ ਹੈ ਚਾਰਜਸ਼ੀਟ ਕੀਤਾ ਜਾ ਰਿਹਾ ਹੈ। ਉਧਰ ਚਾਰਜਸ਼ੀਟ ਦਾ ਸਾਹਮਣਾ ਕਰਨ ਵਾਲੇ ਐਮਈ ਗੁਰਪ੍ਰਤਾਪ ਸਿੰਘ ਇਸ ਤੋਂ ਅਣਜਾਣ ਨਜ਼ਰ ਆਏ। ਵਿਕਾਸ ਕਾਰਜਾਂ ਵਿੱਚ ਲਾਪਰਵਾਹੀ ਤੋਂ ਇਨਕਾਰ ਕਰਦਿਆਂ ਗੁਰਪ੍ਰਤਾਪ ਸਿੰਘ ਨੇ ਫਿਰ ਤੋਂ ਸਾਰੇ ਕੰਮ ਦਾ ਰਿਵਿਊ ਕਰਨ ਦੀ ਗੱਲ ਆਖੀ ਹੈ। ਨਹੀਂ ਨਹੀਂ, ਅਣਗਹਿਲੀ ਤਾਂ ਕੋਈ ਨਹੀਂ ਕੀਤੀ ਗਈ ਹੈਗੀ ਹੈ, ਅਤੇ ਉਹ ਅਸੀਂ ਇਹੀ ਵਾਚ ਆਊਟ ਕਰ ਰਹੇ ਹੈਗੇ ਕਿ ਉਸ ਦੇ ਵਿੱਚ ਜੋ ਵੀ ਹੈ। ਨਹੀਂ ਨਹੀਂ, ਉਸ ਵੇਲੇ ਸਾਡਾ ਫੀਲਡ ਸਟਾਫ ਜਿਹੜਾ ਹੈਗਾ ਉਹ ਕਰ ਰਹੇ ਸੀ ਚੈੱਕ, ਮੌਕੇ 'ਤੇ ਕਰ ਹੀ ਰਹੇ ਹੁੰਦੇ ਨੇ ਚੈੱਕ। ਉਸ ਤੋਂ ਬਾਅਦ ਵੀ ਹੁਣ ਥੋੜ੍ਹਾ ਜਿਹਾ ਉਹਨੂੰ ਫਿਰ ਦੇਖਾਂਗੇ, ਘੋਖਾਂਗੇ ਕੀ ਹੈਗਾ ਕੀ ਉਹਨਾਂ ਦੀ। ਹਾਂਜੀ ਹਾਂ, ਸਾਰੇ ਤਾਂ ਆਫਿਸ ਦੀ ਹੁੰਦੀ ਹੈ, ਅਤੇ ਉਹ ਦੇਖਾਂਗੇ ਹੁਣ ਜੋ ਵੀ ਹੈਗਾ ਮੈਟਰ ਸਾਹਮਣੇ ਆਇਆ ਨਾ। ਫੀਲਡ ਸਟਾਫ ਜਿਹੜਾ ਸਾਡੇ ਜੇਈ ਸੀਗੇ ਉਹ ਉੱਥੇ ਮੌਕੇ 'ਤੇ ਦੇਖ ਰਹੇ ਸੀਗੇ ਸਾਰਾ ਕੁਝ, ਉਹਨਾਂ ਨੂੰ ਰਿਪੋਰਟ ਲਵਾਂ। ਦੂਜੇ ਪਾਸੇ ਸਾਰੇ ਮਾਮਲੇ ਨੂੰ ਉਜਾਗਰ ਕਰਨ ਵਾਲੇ ਭਾਜਪਾ ਨੇਤਾ ਅਮਨ ਪੁਨੀਆ ਨੇ ਵਿਭਾਗ ਦੀ ਕਾਰਵਾਈ ਨੂੰ ਮਾਮੂਲੀ ਕਾਰਵਾਈ ਕਰਾਰ ਦਿੱਤਾ ਹੈ। ਪੁਨੀਆ ਦਾ ਕਹਿਣਾ ਹੈ ਕਿ ਘੋਟਾਲਾ ਸਾਹਮਣੇ ਆ ਚੁੱਕਾ ਹੈ ਅਤੇ ਸਿਰਫ ਚਾਰਜਸ਼ੀਟ ਦੇ ਨਾਲ ਮਸਲੇ ਦਾ ਹੱਲ ਨਹੀਂ ਹੋਵੇਗਾ। ਉਹਨਾਂ ਦੋਸ਼ੀਆਂ ਦੇ ਖਿਲਾਫ FIR ਦਰਜ ਕਰਨ ਦੀ ਮੰਗ ਕੀਤੀ ਹੈ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਹਾਈਕੋਰਟ ਦਾ ਦਰਵਾਜ਼ਾ ਖੜਕਾਉਣ ਦੀ ਗੱਲ ਆਖੀ ਹੈ। ਸਭ ਤੋਂ ਵੱਡਾ ਤਾਂ ਇੱਕ ਕਪੜਾ ਤਾਂ ਹੋਇਆ ਜੇ ਇਹਨਾਂ ਨੇ ਲੋਨ ਲਿੱਤਾ, ਜੇ ਲੋਨ ਹੀ ਨਾ ਲੈਂਦੇ ਤਾਂ ਕਾਹਨੂੰ ਐਡਾ ਵੱਡਾ ਕਪੜਾ ਹੁੰਦਾ। ਜਿਹੜਾ ਲੋਨ 'ਤੇ ਇਹਨਾਂ ਨੇ ਐਗਰੀਮੈਂਟ ਕਰਿਆ ਉਹ 'ਤੇ ਕੋਈ ਡੇਟ ਨਹੀਂ ਪਾਈ, ਕੋਈ ਟਾਈਮ ਨਹੀਂ ਪਾਇਆ, ਕੋਈ ਜਗ੍ਹਾ ਨਹੀਂ ਦੱਸੀ, ਜਿਸ ਤੋਂ ਜਮਾਂ ਕਲੀਅਰ ਹੁੰਦਾ ਵੀ ਇਹਨਾਂ ਲੋਨ ਲੈਣ ਤੋਂ ਪਹਿਲਾਂ ਹੀ ਸੋਚ ਲਿਆ ਸੀਗਾ ਵੀ ਅਸੀਂ ਇਸ ਨੂੰ ਪੈਸੇ ਨੂੰ ਖਾਣਾ, ਪੈਸੇ ਦਾ ਮਿਸਯੂਜ਼ ਹੋਇਆ। ਅਤੇ ਜਿਹੜੀਆਂ ਪੈਨਲਟੀਆਂ ਪਾਈਆਂ ਨੇ ਸਿਰਫ 2 ਕਰੋੜ 'ਚ ਪਾਈਆਂ ਨੇ, 6 ਕਰੋੜ ਰੁਪਇਆ ਹਜੇ ਬਾਕੀ ਹੈ। ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਸਾਰੇ ਕਾਰਵਾਈ ਹੋਵੇ, ਅਤੇ ਸਿਰਫ ਇਕੱਲੀ ਆਹੀ ਨਹੀਂ, ਇਹਨਾਂ ਦੇ ਕੇਸ ਰਜਿਸਟਰਡ ਕਰਕੇ ਜਿਵੇਂ ਵਿਜੇ ਗੁਪਤਾ ਦੀ ਪ੍ਰੋਪਰਟੀ ਸੀਲ ਹੋਣੀ ਚਾਹੀਦੀ, ਅਤੇ ਸਾਰਿਆਂ ਦੀ ਪ੍ਰੋਪਰਟੀ ਸੀਲ ਹੋਣੀ ਚਾਹੀਦੀ ਹੈ। ਮੈਨੂੰ ਲੱਗਦਾ ਇਸ ਵਿੱਚ ਕਿਸੇ ਦਾ ਸਿਆਸੀ ਲੀਡਰ ਦਾ ਦਬਾਅ ਹੈ ਵੀ ਜਿਹਦੇ ਕਰਕੇ ਸਾਰਾ ਕੁਝ ਵਿੱਚ ਰੁਕ ਰਿਹਾ, ਨਹੀਂ ਇਹਨਾਂ ਦੇ FIR ਕਰਕੇ ਇਹਨਾਂ ਦੀਆਂ ਪ੍ਰੋਪਰਟੀਆਂ ਅਟੈਚਡ ਕਰਕੇ ਕਰਨੀ ਚਾਹੀਦੀ ਹੈ। ਫਿਲਹਾਲ ਸ਼ਹਿਰ ਦਾ ਵਿਕਾਸ ਕਾਰਜ ਕਰਨ ਦੇ ਨਾਮ ਤੇ ਆਪਣਾ ਵਿਕਾਸ ਕਰਨ ਵਾਲੇ ਅਧਿਕਾਰੀ ਵਿਜੀਲੈਂਸ ਦੇ ਜਾਲ ਵਿੱਚ ਫਸ ਚੁੱਕੇ ਨੇ। ਹੁਣ ਵੇਖਣਾ ਹੋਵੇਗਾ ਕਿ ਆਖਿਰਕਾਰ ਠੇਕੇਦਾਰ ਤੇ ਅਧਿਕਾਰੀਆਂ ਦੀ ਮਿਲੀ ਭੁਗਤ ਵਿੱਚ ਹੋਰ ਕਿੰਨੀ ਕਪਲੇਬਾਜ਼ੀ ਸਾਹਮਣੇ ਆਉਂਦੀ ਹੈ। ਬਿਊਰੋ ਰਿਪੋਰਟ, ਗਲੋਬਲ ਪੰਜਾਬ TV।